ਤਿੰਨ ਬੱਚਿਆਂ ਦੀ ਮਾਂ ਨੇ ਘਰ ਵਾਲਾ ਮਰਨ ਤੋਂ ਬਾਅਦ ਆਪਣੇ ਹੀ ਮਾਮੇ ਦੇ ਮੁੰਡੇ ਨਾਲ ਕਰਵਾਇਆ ਵਿਆਹ। ਹੁਣ ਤੱਕ ਤੁਸੀਂ ਵਿਆਹ ਹੁੰਦੇ ਤਾਂ ਬਹੁਤ ਦੇਖੇ ਹੋਣਗੇ, ਪਰ ਹੁਣ ਇੱਕ ਵੱਖਰੇ ਹੀ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਅਕਸਰ ਹੀ ਜਦੋਂ ਕਿਸੇ ਔਰਤ ਦੇ ਘਰ ਵਾਲੇ ਦੀ ਮੌਤ ਹੁੰਦੀ ਹੈ ਤਾਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਸ ਔਰਤ ਦਾ ਰਿਸ਼ਤਾ ਮੁੰਡੇ ਦੇ ਦਿਓਰ ਜਾਂ ਰਿਸ਼ਤੇਦਾਰੀ ਵਿੱਚ ਕਿਸੇ ਹੋਰ ਮੁੰਡੇ ਨਾਲ ਕਰਵਾ ਦਿੱਤਾ ਜਾਂਦਾ ਹੈ। ਪਰ ਹੁਣ ਇੱਕ ਔਰਤ ਨੇ ਆਪਣੇ ਹੀ ਮਾਮੇ ਦੇ ਮੁੰਡੇ ਨਾਲ ਕਰਵਾ ਲਿਆ ਵਿਆਹ। ਦਰਅਸਲ ਇਸ ਔਰਤ ਦਾ ਘਰ ਵਾਲਾ ਮਰ ਚੁੱਕਾ ਸੀ ਅਤੇ ਇਸ ਦੇ 3 ਬੱਚੇ ਸੀ। ਘਰ ਵਾਲਾ ਮਰਨ ਤੋਂ ਬਾਅਦ ਇਸ ਔਰਤ ਨੇ ਆਪਣੇ ਤੋਂ ਅੱਧੀ ਤੋਂ ਵੀ ਘੱਟ ਉਮਰ ਦੇ ਆਪਣੇ ਹੀ ਮਾਮੇ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ, ਇਸ ਨੇ ਵਿਆਹ ਕਰਵਾਉਣ ਤੋਂ ਬਾਅਦ ਵੀਡੀਓ ਬਣਾ ਕੇ ਵੀ ਨੈਟ ਤੇ ਪਾ ਦਿੱਤੀ। ਹਮ ਲੋਕ ਸ਼ਾਦੀ ਕਰ ਲਿਏ ਹੈ, ਇਹ ਹਮਾਰੇ ਮਾਮਾ ਕਾ ਲੜਕਾ ਹੈ, ਹਮ ਪਹਿਲੇ ਸੇ ਆਲਰੇਡੀ ਸ਼ਾਦੀ ਸ਼ੁਦਾ ਹੈ, ਮੇਰਾ 3 ਬੱਚਾ ਹੈ, ਮੇਰੇ ਹਸਬੈਂਡ ਨਹੀਂ ਰਹੇ ਹੈ, ਇਸ ਲਈ ਹਮ ਮਾਮਾ ਕਾ ਲੜਕਾ ਸੇ ਪਿਆਰ ਕਰਤੇ ਥੇ ਬਹੁਤ ਦਿਨ ਸੇ, ਇਸ ਲਈ ਹਮ ਲੋਕ ਘਰ ਸੇ ਭਾਗ ਕੇ ਸ਼ਾਦੀ ਕਰ ਲਈ ਹੈ। ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਭਾਈ ਕਲਯੁਗ ਹੈ, ਕੁਝ ਵੀ ਹੋ ਸਕਦਾ ਹੈ। ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।